ਅਕਾਲ ਪੁਰਖ ਦੇ ਸੇਵਸਲਾ ਦੇ ਪ੍ਰੋਗਰਾਮੇ ਕੁੰਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਸਤਸੰਗ ਜੀ ਪ੍ਰੋਗਰਾਮੇ ਕੁੰਕਾਰ ਵਿੱਚ ਹੁਣ ਸਮਾਂ ਹੈ ਕਿ ਅਸੀਂ ਸਤਿਖੰਡ ਸ੍ਰੀ ਹਮੰਦਰ ਸਾਹਿਬ ਜੀ ਤੋਂ ਅੱਜ ਬਖਸ਼ਿਸ਼ ਹੋਇਆ ਪਾਵਨ ਹੁਕਮਨਾਮੇ ਦੀ ਵਿਚਾਰ ਸਾਂਝੀ ਕਰੀਏ ਤਾਂ ਸਾਡੇ ਨਾਲ ਮੌਜੂਦ ਨੇ ਗਿਆਨੀ ਰਣਜੀਤ ਸਿੰਘ ਜੀ ਜੋ ਕਿ ਹੈੱਡ ਗ੍ਰੰਥੀ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਗਿਆਨੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮੇ ਕੁੰਕਾਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਸੰਗ ਜੀ ਸਭ ਤੋਂ ਪਹਿਲਾਂ ਜੋ ਅੱਜ ਦਾ ਪਾਵਨ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਜ ਤਾਂ ਪਾਵਨ ਹੁਕਮਨਾਮਾ ਆਇਆ ਆਪਾਂ ਉਸ ਤੇ ਨਾਲ ਜੁੜਨ ਲਈ ਉਪਰਾਲਾ ਕਰਦੇ ਆਂ ਸੋ ਗ੍ਰੰਥ ਕਰਦੇ ਆਂ ਗੁਰਪ੍ਰਸਾਦ ਰੂਪੀ ਪਾਵਨ ਹੁਕਮਨਾਮਾ ਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾਉ ਸਤਗੁਰੂ ਸਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇਸ਼ ਪਵਿੱਤਰ ਅਸਥਾਨ ਤੋਂ ਜੋ ਅੱਜ ਸਾਨੂੰ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਇਤਨਾ ਸ੍ਰੀ ਰਾਗ ਅੰਦਰ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 600 60 ਅੰਗ ਤੇ ਦਰਜ ਹੈ ਸਾਰਿਆਂ ਤੋਂ ਪਹਿਲਾਂ ਸਤਗੁਰੂ ਜੀ ਨੇ ਪਰਮੇਸ਼ਰ ਦਾ ਪ੍ਰਮਾਤਮਾ ਦਾ ਮੰਗਲ ਉਚਾਰਨ ਕੀਤਾ ਹੈ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਹ ਸਾਰੇ ਪਰਮਾਤਮਾ ਦੇ ਵਿਸ਼ੇਸ਼ਣ ਨੇ ਕਿ ਉਹ ਪਰਮਾਤਮਾ ਇੱਕ ਹੈ ਇੱਕ ਹੋ ਕੇ ਵੀ ਉਹ ਕਿਸੇ ਇੱਕ ਥਾਤੇ ਨਿਜਮਤ ਨਹੀਂ ਉਹ ਸਾਰੀਆਂ ਥਾਵਾਂ ਤੇ ਹੈ ਉਹ ਸਰਬਵਿਆਪਕ ਹੈ ਉਸ ਪਰਮਾਤਮਾ ਦਾ ਨਾਮ ਸਤ ਨਾਮ ਉਹਦਾ ਨਾਮ ਸੱਚਾ ਹੈ ਕਰਤਾਪੁਰਖ ਉਹ ਪਰਮਾਤਮਾ ਸ੍ਰਿਸ਼ਟੀ ਦਾ ਸੰਸਾਰ ਦਾ ਸਾਡਾ ਸਾਰਿਆਂ ਦਾ ਕਰਤਾ ਵੀ ਹੈ ਪਰ ਕਰਤੇ ਹੋਣ ਦੇ ਬਾਵਜੂਦ ਉਹ ਸਾਡੇ ਸਾਰਿਆਂ ਦੇ ਵਿੱਚ ਮੌਜੂਦ ਵੀ ਹੈ ਰਮਿਆ ਹੋਇਆ ਵੀ ਹੈ ਉਹ ਸਾਡੇ ਵਿੱਚ ਆਪ ਬੈਠਾ ਹੋਇਆ ਹੈ ਨਿਰਪਉ ਉਹ ਪਰਮਾਤਮਾ ਡਰ ਤੋਂ ਰਹਿਤ ਹੈ ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਅਕਾਲ ਮੂਰਤ ਉਸ ਪ੍ਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਨਾ ਹੀ ਬਚਪਨ, ਨਾ ਜਵਾਨੀ, ਨਾ ਬਡੇਪਾ। ਉਹ ਪ੍ਰਮਾਤਮਾ ਅਜੂਨੀ ਹੈ। ਉਹ ਜੁਨਾ ਵਿੱਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ। ਇਸੇ ਕਰਕੇ ਫਿਰ ਉਹਦੇ ਬਾਰੇ ਦੱਸਿਆ ਕਿ ਉਹ ਸਹ ਪੰਗ ਉਹ ਸੁਤੇ ਪ੍ਰਕਾਸ਼ ਹੈ। ਉਹ ਆਪ ਹੀ ਨੇ ਆਪ ਸਾਜਿਓ ਆਪਣੇ ਆਪ ਨੂੰ ਆਪ ਪੈਦਾ ਕਰਨ ਵਾਲਾ। ਉਹ ਪਰਮਾਤਮਾ ਹੈ ਗੁਰਪ੍ਰਸਾਦ ਐਸਾ ਪਰਮਾਤਮਾ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਸਤਗੁਰੂ ਜੀ ਨੇ ਸਾਨੂੰ ਸਾਰਾ ਕੁਝ ਸਮਝਾ ਦਿੱਤਾ ਹੈ ਕਿ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ અત્યੰਤ ਜ਼ਰੂਰੀ ਹੈ ਤੇ ਗੁਰੂ ਦੀ ਕਿਰਪਾ ਵਾਸਤੇ ਸਾਨੂੰ ਸਾਰਾ ਇਹ ਜਿਹੜਾ ਜੀਵਨ ਹੈ ਉਹ ਗੁਰੂ ਦੀਆਂ ਸ਼ਿਕਸ਼ਾਵਾਂ ਦੇ ਅਨੁਸਾਰ ਗੁਰੂ ਦੀ ਮੱਤ ਦੇ ਅਨੁਸਾਰ ਗੁਰੂ ਦੇ ਦਰਸਾਏ ਹੋਏ ਇਸ ਮਾਰਗਦਰਸ਼ਨ ਦੇ ਅਨੁਸਾਰ ਜੂਣਾ ਹੋਏਗਾ ਅੱਗੇ ਸਤਿਗੁਰੂ ਸਮਝਾਉਂਦੇ ਨੇ ਕਿ ਜੀਵੋ ਦਰਤ ਹੈ ਆਪਣਾ ਕੈਸਿਓਂ ਕਰੀ ਪੁਕਾਰ ਇਹ ਜਗਤ ਇੱਕ ਦੁੱਖਾਂ ਦਾ ਸਮੁੰਦਰ ਹੈ ਜਦੋਂ ਇਹਨਾ ਸੰਸਾਰ ਦੇ ਦੁੱਖਾਂ ਨੂੰ ਮੇਰੀ ਆਤਮਾ ਵੇਖਦੀ ਹੈ ਇਹ ਮੇਰੀ ਜਿੰਦ ਵੇਖਦੀ ਹੈ ਤੇ ਇਹ ਜਿੰਦ ਮੇਰੀ ਕੰਬ ਜਾਂਦੀ ਹੈ ਫਿਰ ਮਨ ਵਿੱਚ ਇੱਕ ਸਵਾਲ ਆਉਂਦਾ ਕਿ ਕੈਸਿਓ ਕਰੀ ਪੁਕਾਰ ਇਨਾਂ ਤੋਂ ਬਚਨ ਵਾਸਤੇ ਮੈਂ ਕਿਹਦੇ ਕੋਲ ਜਾ ਕੇ ਫਰਿਆਦ ਕਰਾਂ ਅਰਜਦਸ ਤੋਵਾਂ ਬੇਨਤੀ ਕਰਾਂ ਅਰਦਾਸ ਕਰਾਂ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਤਾਰ ਫਿਰ ਜਿਹੜਾ ਦੁੱਖਾਂ ਨੂੰ ਮਟਾਉਣ ਵਾਲਾ ਪਰਮਾਤਮਾ ਹੈ ਹਮੇਸ਼ਾ ਵਾਸਤੇ ਫਿਰ ਉਸ ਪਰਮਾਤਮਾ ਨੂੰ ਜਾ ਕੇ ਸਿਮਰਦਾ ਹਾਂ ਉਸ ਪਰਮਾਤਮਾ ਤੋਂ ਜਾ ਕੇ ਬਖਸ਼ਿਸ਼ ਪ੍ਰਾਪਤ ਕਰਨ ਦਾ ਮੈਂ ਯਤਨ ਕਰਦਾ ਹਾਂ ਕਿਉਂਕਿ ਉਹੀ ਦਾਤਾ ਇਹ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਉਹ ਸਦਾ ਸਦਾ ਦਾਤਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਸ ਪਹਿਲੇ ਰਾਉ ਦੇ ਬੰਦ ਵਿੱਚ ਸਤਿਗੁਰੂ ਉਸ ਪਰਮਾਤਮਾ ਦੀ ਵਡਿਆਈ ਅੱਜ ਹੁਕਮਨਾਮੇ ਵਿੱਚ ਦੱਸਦੇ ਨੇ ਸਾਨੂੰ ਕਿ ਉਹ ਪਰਮਾਤਮਾ ਸਦਾ ਦਾ ਦਾਤਾ ਹੈ ਪਰ ਉਹਦੇ ਦਾਤ ਦੇਣ ਦੀ ਇੱਕ ਵਡਿਆਈ ਹੈ ਕਿ ਉਹ ਪਰਮਾਤਮਾ ਜਦੋਂ ਵੀ ਸਾਡੇ ਤੇ ਬਖਸ਼ਿਸ਼ ਕਰਦਾ ਇੰਜ ਕਰਦਾ ਜਿਵੇਂ ਪਹਿਲੀ ਵਾਰ ਕਰ ਰਿਹਾ ਹੋਵੇ ਕਿਉਂਕਿ ਸੰਸਾਰ ਵਿੱਚ ਕਦੇ ਕਿਸੇ ਨੂੰ ਅਸੀਂ ਪਹਿਲੀ ਵਾਰੀ ਕੁਝ ਦਈਏ ਤਾਂ ਸ਼ਾਇਦ ਆਪਣੇ ਵਿਤ ਤੋਂ ਬਾਹਰੇ ਹੋ ਕੇ ਵੀ ਦੇ ਦੇਈਦਾ ਹੈ ਪਰ ਜਦੋਂ ਦੂਜੀ ਤੀਜੀ ਚੌਥੀ ਵਾਰੀ ਆਵੇ ਤੇ ਕਈ ਵਾਰੀ ਅਸੀਂ ਉਸ ਨੂੰ ਕਟਾ ਦਿੰਨੇ ਆ ਤੇ ਕਈ ਵਾਰੀ ਅਸੀਂ ਦੇਣ ਤੋਂ ਮੁਨਕਰ ਵੀ ਹੋ ਜਾਂਦੇ ਆ ਪਰ ਪ੍ਰਮਾਤਮਾ ਤੇ ਇਹ ਲਾਗੂ ਨਹੀਂ ਹੁੰਦਾ ਉਹ ਨੀਤ ਨਵਾਂ ਹੈ ਤੇ ਸਦਾ-ਸਦਾ ਦਾ ਹਰ ਸਮੇਂ ਦਾ ਹਰ ਯੁਗ ਦਾ ਹਰ ਕਾਲ ਦਾ ਉਹ ਪ੍ਰਮਾਤਮਾ ਆਪ ਬਖਸ਼ਿਸ਼ ਕਰਨ ਵਾਲਾ ਦਾਤਾ ਹੈ ਹਾਂਜੀ ਆਨੰਦਨ ਸਾਹਿਬ ਸੇਵੀਐ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ تیرے ਨਾਮ ਉਤਰਾ ਸਦ ਕੁਰਬਾਨੈ ਜਾਓ ਰਹਾਓ ਇਹ ਦੂਸਰਾ ਬੰਦ ਹੈ ਰਹਾਓ ਦਾ ਅਨੰਦਿਨ ਸਾਹਿਬ ਸੇਵੀਐ ਅੰਤ ਛਡਾਇ ਸੋਏ हे ਮੇਰੀ ਜਿੰਦ ਹਰ ਰੋਜ ਉਸ ਮਾਲਕ ਪ੍ਰਮਾਤਮਾ ਨੂੰ ਯਾਦ ਕਰ ਜਿਹੜਾ ਅੰਤ ਅਖੀਰ ਤੈਨੂੰ ਇਹਨਾਂ ਸੰਸਾਰ ਦੇ ਦੁੱਖਾਂ ਤੋਂ ਬਚਾਉਂਦਾ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਏ ਮੇਰੀ ਜਿੰਦ ਤੂੰ ਇਸ ਗੱਲ ਨੂੰ ਧਿਆਨ ਨਾਲ ਸੁਣ ਬਾਰ ਬਾਰ ਸੁਣ ਕਿ ਉਸ ਮਾਲਕ ਦਾ ਆਸਰਾ ਲਿਆ ਹੀ ਇਹਨਾਂ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ हे ਪ੍ਰਮਾਤਮਾ हे ਦਿਆਲੂ ਸਤਿਗੁਰੂ ਮੈਂ ਤੇਥੋਂ ਸਦਕੇ ਜਾਂਦਾ ਹਾਂ ਤੁਸੀਂ ਮਿਹਰ ਕਰੋ ਮੈਨੂੰ ਆਪਣਾ ਨਾਮ ਦਿਓ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਾਂ ਹਾਂਜੀ ਸਰਬੰ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੁ ਕਰੇ ਜਾਂ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਵੜਾਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਸੇ ਆਗੇ ਪਿਆਰੇ ਜਾਏ ਕਹਾਂ ਰਹਾਓ ਇਹ ਤੀਸਰਾ ਬੰਦ ਹੈ ਰਹਾਓ ਦਾ ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ ਇੱਥੇ ਸੱਚੇ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਸੱਚ ਦਾ ਆਮ ਕਰਕੇ ਸਾਡੀ ਜ਼ਿੰਦਗੀ ਵਿੱਚ ਹੁੰਦਾ ਹੈ ਕਿ ਜਦੋਂ ਕੋਈ ਠੀਕ ਆਪਣੇ ਮੂੰਹ ਤੋਂ ਬੋਲਦਾ ਸੀ ਇਹਨੂੰ ਕਹਿੰਦੇ ਸੱਚ ਬੋਲਦਾ ਹੈ ਪਰ ਪਰਮਾਤਮਾ ਦੇ ਲਈ ਜਦੋਂ ਇਹ ਸ਼ਬਦ ਆਉਂਦਾ ਹੈ ਤਾਂ ਉਸੇ ਰੂਪ ਵਿੱਚ ਹੀ ਆਉਂਦਾ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੈ ਉਸ ਪਰਮਾਤਮਾ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਈ ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਪਰ ਉਸ ਨੂੰ ਕੌਣ ਸਿਮਰ ਸਕਦਾ ਹੈ ਜਿਸ ਤੇ ਉਹ ਆਪਣੀ ਆਪ ਕਿਰਪਾ ਕਰ ਦੇ ਕਿ ਆਪਣਾ ਨਾਮ ਉਹ ਆਪ ਜਪਾਉਂਦਾ ਹੈ ਆਪਣੀ ਸੇਵਾ ਉਹ ਆਪਣੇ ਸੇਵਕਾਂ ਤੋਂ ਆਪ ਕਰਾਉਂਦਾ ਤਦ ਬਾਜ ਪਿਆਰੇ ਕੇਵ ਰਹਾ ਹੇ ਪ੍ਰਮਾਤਮਾ ਮੈਂ ਤੇਰੇ ਤੋਂ ਬਿਨਾ ਕਿਵੇਂ ਰਹਿ ਸਕਦਾ ਹਾਂ ਮੇਰਾ ਤਾਂ ਜੀਵਨ ਵਿਆਕਲ ਹੋ ਜਾਂਦਾ ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਤੁਸੀਂ ਮੈਨੂੰ ਆਪਣੀ ਉਹ ਵਡਿਆਈ ਦਿਓ ਜਿਹਦੇ ਨਾਲ ਮੈਂ ਹਮੇਸ਼ਾ ਮੈਨੂੰ ਇਹ ਇੱਜ਼ਤ ਬਖਸ਼ ਦਿਓ ਮੈਨੂੰ ਇਹ ਮਾਣ ਬਖਸ਼ੋ ਕਿ ਮੈਂ ਹਰ ਵਕਤ ਤੁਹਾਡਾ ਨਾਮ ਸਿਮਰਦਾ ਰਵਾਂ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਕੋਈ ਦੂਸਰਾ ਹੈ ਹੀ ਨਹੀਂ ਜਿਹੜਾ ਨਿਤ ਦਾ ਨਵਾਂ ਦਾਤਾ ਹੋਵੇ ਜਿਹੜਾ ਸਰਬ ਸੁਖ ਦਾਤਾ ਹੋਵੇ ਜਿਹੜਾ ਸਰਬ ਸੱਚਾ ਸਦਾ ਕਾਇਮ ਰਹਿਣ ਵਾਲਾ ਹੋਵੇ ਕੋਈ ਹੈ ਹੀ ਨਹੀਂ ਕਿਉਂਕਿ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਹੈ ਮੇਰੀ ਜਿੰਦ ਡਰਦੀ ਹੈ ਕਿ ਇਹਦੇ ਤੋਂ ਬਚਣ ਵਾਸਤੇ ਮੈਂ ਕਿਹਦੇ ਕੋਲ ਜਾਵਾਂ ਤੇ ਮੈਨੂੰ ਸਮਝ ਆ ਗਈ ਕਿ ਇੱਕ ਪਰਮਾਤਮਾ ਤੋਂ ਬਿਨਾ ਦੂਜਾ ਨਾ ਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਪਰਮਾਤਮਾ ਜੀ ਤੁਹਾਡੇ ਤੋਂ ਬਿਨਾ ਕੋਈ ਦੂਸਰਾ ਨਹੀਂ ਜਿਹਦੇ ਕੋਲ ਜਾ ਕੇ ਮੈਂ ਅਰਦਾਸ ਕਰ ਸਕਾਂ ਤੁਧ ਬਿਨ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏ ਹਾਂਜੀ ਸੇਵੀ ਸਾਹਿਬ ਆਪਣਾ ਅਵਰ ਨਾਂ ਜਾ ਚੌਕੋ ਹੈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦੇ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦੇ ਚੁੱਕ ਚੁੱਕ ਹੋਏ ਰਹਾਉ ਇਹ ਚੌਥਾ ਬੰਦ ਹੈ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਕਿ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ ਮੈਂ ਆਪਣੇ ਸਾਹਿਬ ਦੀ ਆਪਣੇ ਮਾਲਕ ਦੀ ਪਰਮਾਤਮਾ ਦੀ ਮੈਂ ਪ੍ਰਤੀ ਕਰਦਾ ਹਾਂ ਕਿਉਂਕਿ ਉਸ ਪਰਮਾਤਮਾ ਤੋਂ ਬਿਨਾ ਕੋਈ ਥਾਂ ਦੂਸਰਾ ਨਹੀਂ ਇਸ ਗੱਲ ਦਾ ਨਿਰਣਾ ਮੇਰੇ ਮਨ ਨੇ ਕਰ ਲਿਆ ਹੈ ਕਿ ਮੈਂ ਕਿਸੇ ਹੋਰ ਕੋਲ ਮੰਗਣ ਵਾਸਤੇ ਜਾਵਾਂ ਇਸ ਕਰਕੇ ਨਾਨਕ ਤਾਂਕਾ ਦਾਸ ਹੈ ਬਿੰਦ-ਬਿੰਦ ਚੁੱਕ-ਚੁੱਕ ਹੋਏ ਮੈਂ ਨਾਨਕ ਉਸ ਪ੍ਰਮਾਤਮਾ ਦਾ ਸੇਵਕ ਹਾਂ ਉਸ ਮਾਲਕ ਦਾ ਸੇਵਕ ਹਾਂ ਤੇ ਉਸ ਮਾਲਕ ਤੋਂ ਬਿਨਾ ਮੇਰਾ ਜੀਵਨ ਜਿਹੜਾ ਹੈ ਉਹ ਦੁਖਦਾਈ ਹੈ ਇਸ ਕਰਕੇ ਮੈਂ ਆਪਣੇ ਮਾਲਕ ਤੋਂ ਹੀ ਇੱਕ-ਇੱਕ ਖਿੰਨ ਸਦਕੇ ਜਾਂਦਾ ਹਾਂ ਸਾਹਿਬ ਤੇਰੇ ਨਾਮ ਵਿਟੋਂ ਬਿੰਦ-ਬਿੰਦ ਚੁੱਕ-ਚੁੱਕ ਹੋਏ ਪ੍ਰਮਾਤਮਾ ਮੈਂ ਤੇਰੇ ਨਾਮ ਤੋਂ ਹੀ ਇੱਕ-ਇੱਕ ਖੇੜ ਕੁਰਬਾਨ ਜਾਂਦਾ ਹਾਂ ਇਹ ਅੱਜ ਸਤਿਗੁਰੂ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਹਨਾਂ ਦੀ ਬਾਣੀ ਦੇ ਵਿੱਚੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਸਾਨੂੰ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਜਿਸ ਦਾ ਪਾਠ ਔਰ ਅਰਥ ਆਪਾਂ ਸਾਰਿਆਂ ਨੇ ਸਾਂਝੇ ਕੀਤੇ ਨੇ ਹਾਂਜੀ ਸੋ ਸਤ ਸੰਗਤ ਜੀ ਅੱਜ ਦੇ ਪਾਵਨ ਉਪਦੇਸ਼ ਦੇ ਨਾਲ ਜੁੜਨ ਦਾ ਅਸੀਂ ਉਪਰਾਲਾ ਕੀਤਾ ਹੈ ਉਸ ਦੇ ਅਰਥ ਭਾਵ ਸਮਝਣ ਦੀ ਕੋਸ਼ਿਸ਼ ਕੀਤੀ ਤੇ ਅੱਜ ਦਾ ਦਿਨ ਸਤਗੁਰਾਂ ਦੇ ਇਸ ਹੁਕਮ ਅਨੁਸਾਰ ਬਤੀਤ ਕਰਕੇ ਆਪਾਂ ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਗੀ